ਬਹੁਤ ਵਧੀਆ ਮਾਹੌਲ ਹੈ, ਤੁਹਾਨੂੰ ਦੇਖਣ 'ਚ ਪਤਾ ਲੱਗ ਹੀ ਗਿਆ ਹੋਣਾ ਹੈ। ਸਾਰੀਆਂ ਆਪਣੀਆਂ ਪੂਰੀ ਤਿਆਰੀ ਨਾਲ ਆਈਆਂ। ਜਿਹੜਾ ਤੀਜ ਦਾ ਤਿਉਹਾਰ ਹੁੰਦਾ ਹੈ ਨਾ, ਇਹ ਸਾਨੂੰ ਸਾਲ ਭਰ ਤੋਂ ਇੰਤਜ਼ਾਰ ਹੁੰਦਾ ਹੈ। ਕਰਵਾ ਚੌਥ ਵੀ ਹੁੰਦਾ ਪਰ ਉਸ ਦਿਨ ਅਸੀਂ ਭੁੱਖੇ ਰਹਿਣਾ ਹੁੰਦਾ, ਪਰ ਜਿਹੜਾ ਤੀਜ ਦਾ ਤਿਉਹਾਰ ਹੈ ਅਸੀਂ ਖਾਣਾ ਵੀ ਹੈ, ਪੀਣਾ ਵੀ ਹੈ, ਤਿਆਰ ਵੀ ਹੋਣਾ ਹੈ, ਅਤੇ ਬਹੁਤ ਉਮੰਗ ਹੁੰਦੀ ਹੈ। ਸਾਨੂੰ ਚਾਹੇ ਅਸੀਂ ਜਿੰਨੇ ਮਰਜ਼ੀ ਐਡਵਾਂਸ ਹੋ ਜਾਈਏ, ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ। ਸੱਭਿਆਚਾਰ ਆਪ ਵੀ ਨਹੀਂ ਭੁੱਲਣਾ ਚਾਹੀਦਾ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸੱਭਿਆਚਾਰ ਨਾਲ ਟੱਚ ਰੱਖਣਾ ਚਾਹੀਦਾ। ਬਹੁਤ ਵਧੀਆ ਮਾਹੌਲ ਹੈ, ਤੁਹਾਨੂੰ ਦੇਖਣ 'ਚ ਪਤਾ ਲੱਗ ਹੀ ਗਿਆ ਹੋਣਾ ਹੈ। ਸਾਰੀਆਂ ਆਪਣੀਆਂ ਪੂਰੀ ਤਿਆਰੀ ਨਾਲ ਆਈਆਂ। ਜਿਹੜਾ ਤੀਜ ਦਾ ਤਿਉਹਾਰ ਹੁੰਦਾ ਹੈ ਨਾ, ਇਹ ਸਾਨੂੰ ਸਾਲ ਭਰ ਤੋਂ ਇੰਤਜ਼ਾਰ ਹੁੰਦਾ ਹੈ। ਕਰਵਾ ਚੌਥ ਵੀ ਹੁੰਦਾ ਪਰ ਉਸ ਦਿਨ ਅਸੀਂ ਭੁੱਖੇ ਰਹਿਣਾ ਹੁੰਦਾ, ਪਰ ਜਿਹੜਾ ਤੀਜ ਦਾ ਤਿਉਹਾਰ ਹੈ ਅਸੀਂ ਖਾਣਾ ਵੀ ਹੈ, ਪੀਣਾ ਵੀ ਹੈ, ਤਿਆਰ ਵੀ ਹੋਣਾ ਹੈ, ਅਤੇ ਬਹੁਤ ਉਮੰਗ ਹੁੰਦੀ ਹੈ, ਅਤੇ ਨੱਚ ਗਾ ਕੇ ਸਾਰੇ ਆਪਣੇ ਅਰਮਾਨ ਸਹੁਰਿਆਂ ਨੂੰ ਗਾਲਾਂ ਵੀ ਦੇ ਲਈਦੀਆਂ, ਠੀਕ ਹੈ ਜੀ, ਅਤੇ ਆਪਣੇ ਅਰਮਾਨ ਵੀ ਕੱਢ ਲਈ। ਹਾਂਜੀ ਬਿਲਕੁਲ, ਐਕਸਾਈਟਮੈਂਟ ਵਾਲੀ ਐਕਸਾਈਟਮੈਂਟ ਤਾਂ ਮਤਲਬ ਕਿ ਤੁਸੀਂ ਇਹ ਨਾ ਐਕਸਾਈਟਮੈਂਟ ਲੇਡੀਜ਼ ਦੀ ਤਾਂ ਤੁਸੀਂ ਜੱਜ ਹੀ ਨਹੀਂ ਕਰ ਸਕਦੇ। ਦੇਖੋ ਜੀ, ਇਹੀ ਸਾਡੀ ਖਾਸੀਅਤ ਹੈ, ਇਹੀ ਸਾਡੀ ਸਪੈਸ਼ਲਿਟੀ ਹੈ। ਹਾਂਜੀ ਦੇਖੋ, ਸਾਡੇ ਨਾਲ ਬੱਚੇ ਵੀ ਉਵੇਂ ਤਿਆਰ ਹੁੰਦੇ ਆ, ਛੋਟੇ ਛੋਟੇ ਜਿਹੜੇ ਕਿ ਪੰਜਾਬੀ ਪੂਰਾ ਪੀਸ ਤਿਆਰ ਦੀ ਤਰ੍ਹਾਂ, ਦੇਖੋ ਛੋਟੇ ਛੋਟੇ ਬੱਚੇ ਵੀ ਇੰਨਾ ਸੋਹਣਾ ਤਿਆਰ ਹੋ ਕੇ ਆਏ। ਦੇਖੋ ਹੁਣ ਜੇ ਤੁਸੀਂ ਕਹੋ ਅਸੀਂ ਵਰਕਆਊਟ ਇਸ ਡਰੈਸ 'ਚ ਕਰਾਂਗੇ, ਹੈ ਨਾ, ਵਰਕਆਊਟ ਇਸ ਡਰੈਸ 'ਚ ਹੋ ਨਹੀਂ ਸਕਦਾ। ਅਸੀਂ ਹਰੇਕ ਕੰਮ ਪ੍ਰਤੀ ਸੀਰੀਅਸ ਹੁੰਦੇ ਹਾਂ, ਕੋਈ ਵੀ ਕੰਮ ਹੋ ਸਾਨੂੰ ਦਿੱਤਾ ਜਾਂਦਾ, ਅਸੀਂ ਉਸ ਲਈ ਸੀਰੀਅਸ ਹਾਂ, ਵਰਕਆਊਟ ਇਹੀ ਹੈ ਜੀ। ਸਾਨੂੰ ਚਾਹੇ ਅਸੀਂ ਜਿੰਨੇ ਮਰਜ਼ੀ ਐਡਵਾਂਸ ਹੋ ਜਾਈਏ, ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ। ਸੱਭਿਆਚਾਰ ਆਪ ਵੀ ਨਹੀਂ ਭੁੱਲਣਾ ਚਾਹੀਦਾ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸੱਭਿਆਚਾਰ ਨਾਲ ਟੱਚ ਰੱਖਣਾ ਚਾਹੀਦਾ। ਬਾਕੀ ਇੱਕ ਜ਼ਰੂਰੀ ਮੈਸੇਜ ਜਿਹੜਾ ਹੈਗਾ ਕਿ ਜ਼ਿੰਦਗੀ ਨਾਲ ਜੁੜੇ ਰਹੋ, ਹਮੇਸ਼ਾ ਹੱਸਦੇ ਰਹੋ, ਖੇਡਦੇ ਰਹੋ, ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਆਪਣੀ ਟੈਨਸ਼ਨ ਨਾਲ ਭਰੀ ਹੋਈ ਜ਼ਿੰਦਗੀ ਹੈ, ਅਤੇ ਇੱਕ ਦਿਨ ਜਿਹੜਾ ਆਪਾਂ ਆਉਂਦਾ ਇਹਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਇੰਜੋਏ ਕਰੀਏ, ਪੂਰਾ ਜੀਵਨ ਜੀਏ। ਜਿਵੇਂ ਕਦੇ ਸੋਚਦੀ ਵੀ ਆ ਕਿ ਫੈਸਟੀਵਲ ਨੂੰ ਨਾ ਵੀ ਕੀਤਾ ਜਾਏ, ਤਾਂ ਸਭ ਮੈਨੂੰ ਪੁੱਛ ਕੇ ਮੈਂ ਤੀਜ ਕਦੋਂ ਕਰਨੀ, ਤੀਜ ਕਦੋਂ, ਉਹ ਮੈਨੂੰ ਵੀ ਚਲੋ ਮਿਲਦੀ ਮੋਟੀਵੇਸ਼ਨ ਕਿ ਮੈਂ ਇਹਨਾਂ ਲਈ ਆਪਦੇ ਲਈ ਕਰਨਾ ਹੀ ਕਰਨਾ। ਇਹ ਜਿਮ ਵਾਲਾ ਕਲਚਰ ਮੈਮ ਨਾਲ ਹੀ ਸ਼ੁਰੂ ਹੋਇਆ ਕਿ ਅਸੀਂ ਇੱਥੇ ਹਰ ਤੀਜ ਲੈ ਲਓ, ਚਾਹੇ ਅਸੀਂ ਕਰਵਾ ਚੌਥ ਸੈਲੀਬ੍ਰੇਟ ਕਰਨਾ ਹੈ, ਲੋਹੜੀ ਸੈਲੀਬ੍ਰੇਟ ਕਰਨੀ ਹੈ, ਹਰ ਤਿਉਹਾਰ ਅਸੀਂ ਜਿਮ ਵਿੱਚ ਸੈਲੀਬ੍ਰੇਟ ਕਰਦੇ ਹਾਂ। ਇਹ ਇੱਕ ਵੱਖਰੀ ਚੀਜ਼ ਹੈ ਕਿ ਜਿਮ ਵਿੱਚ ਹਰ ਚੀਜ਼ ਸੈਲੀਬ੍ਰੇਟ ਹੁੰਦੀ ਹੈ।